ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਡੇਰਾ ਦੁੱਧਧਾਰੀ ਧੰਨ ਧੰਨ ਬਾਬਾ ਬਸਾਓ ਜੀ ਨੂੰ ਸਮਰਪਿਤ ਪੰਜਾਬ ਦਾ ਮਸ਼ਹੂਰ 168ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ ਧੰਨ ਧੰਨ ਬਾਬਾ ਬਸਾਓ ਜੀ ਪ੍ਰਬੰਧਕ ਕਮੇਟੀ NRI ਵੀਰਾਂ ਅਤੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 169ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਪਹਿਲੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਸ ਤੋਂ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੰਜਾਬ ਦੇ ਪ੍ਰਸਿੱਧ ਗਾਇਕ ਲਾਭ ਹੀਰਾ ਅਤੇ ਉਸ ਤੋਂ ਅਗਲੇ ਦਿਨ ਕਨਵਰ ਗਰੇਵਾਲ ਨੇ ਅਤੇ ਪੰਮਾ ਡੂਮੇਵਾਲੀਆਂ ਨੇ ਹਾਜ਼ਰੀ ਭਰੀ। ਛਿੰਝ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਅਤੇ ਪ੍ਰੀਤਪਾਲ ਫਗਵਾੜਾ ਵਿਚਕਾਰ ਹੋਈ, ਜਿਸ ਵਿੱਚ ਜੱਸਾ ਪੱਟੀ ਜੇਤੂ ਰਿਹਾ, ਜਿਸ ਵਿੱਚ ਪਹਿਲਾ ਇਨਾਮ ਅਲਟੋ ਕਾਰ ਗੁਰਪ੍ਰੀਤ ਸਿੰਘ ਢੇਸੀ ਪੁੱਤਰ ਮਨਜੀਤ ਸਿੰਘ ਢੇਸੀ ਦੇ ਪਰਿਵਾਰ ਵੱਲੋਂ ਦਿੱਤੀ ਗਈ। ਦੂਜਾ ਇਨਾਮ ਬੁਲਟ ਮੋਟਰਸਾਈਕਲ ਬਾਬਾ ਗੁਰਦਿਆਲ ਮੈਮੀ ਬੈਲਜੀਅਮ ਦੇ ਪਰਿਵਾਰ ਵੱਲੋਂ ਅਤੇ ਤੀਜਾ ਇਨਾਮ CD100 ਮੋਟਰਸਾਈਕਲ ਗੈਰੀ ਸਿੰਘ ਨਾਗਰਾ ਦੇ ਪਰਿਵਾਰ ਵੱਲੋਂ, ਚੌਥਾ ਇਨਾਮ ਹੋਂਡਾ ਸਪਲੈਂਡਰ ਮੋਟਰਸਾਈਕਲ ਚਰਨਜੀਤ ਸਿੰਘ ਪਾਗਲੀਆ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਇਸ ਮੌਕੇ 'ਤੇ ਪਹੁੰਚੇ ਵਿਸ਼ੇਸ਼ ਮਹਿਮਾਨ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ, DSP ਦਵਿੰਦਰ ਅਤਰੀ, SHO ਕੇਵਲ ਸਿੰਘ ਗੁਰਾਇਆ, SHO ਬਲਜਿੰਦਰ ਸਿੰਘ ਬਿਲਗਾ, ਸਰਪੰਚ ਸੁਰਿੰਦਰ ਸਿੰਘ ਸਰਾਣਾ, ਦਲਜੀਤ ਸਿੰਘ ਢੇਸੀ ਸਾਬਕਾ ਸਰਪੰਚ, ਕੈਸ਼ੀਅਰ ਗੁਰਦੀਪ ਸਿੰਘ ਢੇਸੀ, ਸੁਰਿੰਦਰ ਸਿੰਘ ਮੈਮੀ, ਮਨਵੀਰ ਸਿੰਘ ਭੋਗਲ, ਜਸਵੰਤ ਸਿੰਘ ਢੇਸੀ, ਜੱਸਾ ਸਿੰਘ ਭੋਗਲ, ਮੋਹਨ ਸਿੰਘ ਢੇਸੀ, ਸੋਮਪਾਲ, ਭਾਗਰਾਮ, ਰੇਸ਼ਮ ਕੌਰ, ਨਛੱਤਰ ਮੈਮੀ, ਪਰਮਿੰਦਰ ਰਾਮ, ਵਰਿੰਦਰ ਗਰੇਵਾਲ, ਮਨੀ, ਸੁਰਜੀਤ ਸਿੰਘ ਪ੍ਰਤਾਪਪੁਰਾ, ਗੁਰਦੀਪ ਸਿੰਘ ਥੰਮਣਵਾਲ, ਚਰਨ ਸਿੰਘ ਰਾਜੋਵਾਲ, ਅਮਨਦੀਪ ਸਿੰਘ ਫਰਵਾਲਾ, ਦੀਪਕ, ਮਨਦੀਪ ਖਹਿਰਾ, ਰਸਨਦੀਪ ਅਟਵਾਲ, ਦਾਰਾ ਰਾਏ, ਸੁਰਜੀਤ ਸਿੰਘ ਲੱਲੀਆਂ। ਇਸ ਮੌਕੇ 'ਤੇ ਭਰੀ ਖੇਡ ਪ੍ਰੇਮੀ ਮੌਜੂਦ ਸਨ। ਨਗਰ ਨਿਵਾਸੀਓ, ਮੈਂ ਦਾਸ ਇਸ ਪਿੰਡ 'ਚ ਹੀ ਜੰਮਪਲ ਕੇ ਵੱਡਾ ਹੋਇਆ। ਮੇਰੇ ਖਿਆਲ ਨਾਲ ਹਰੇਕ ਰੁਕੂਆਰ ਦੇ ਬੰਦੇ ਦੀ ਕਾਸ ਆ ਕਿ ਸਾਡੇ ਪਿੰਡ ਵਿੱਚ ਖੇਡਣ ਨੂੰ, ਨੱਠਣ ਨੂੰ, ਕੁੱਦਣ ਨੂੰ ਕੋਈ ਜਗ੍ਹਾ ਹੋਵੇ। ਖੇਡਣ ਨੂੰ, ਨੱਠਣ ਨੂੰ, ਕੁੱਦਣ ਨੂੰ ਸਾਡੇ ਪਿੰਡ ਇੱਕ ਨਿੱਕੀ ਜਿਹੀ ਜਗ੍ਹਾ ਸੀ, ਉਹ ਵੀ ਛੱਪੜ ਦੀ ਰਾਵੜੀ, ਸਾਡੇ NRI ਵੀਰਾਂ ਨੇ, ਜਿਹਦੇ ਵਿੱਚ ਦਾਸ ਅਤੇ ਅਕਬਰ ਅਸੀਂ ਦੋਨਾਂ ਨੇ ਰਲ ਕੇ, ਉਸ ਤੋਂ ਬਾਅਦ ਸਾਰੇ ਨਗਰ ਨੇ ਸਾਨੂੰ ਹੱਥਾਂ 'ਤੇ ਚੁੱਕ ਲਿਆ। ਨਗਰ ਦੀ ਬਾਬੇ ਸਾਹਿਬ ਦੀ ਅਪਾਰ ਕਿਰਪਾ ਦੇ ਸਦਕੇ ਇਸ ਵੇਲੇ ਜਿਹੜਾ ਇਹ ਸਟੇਡੀਅਮ ਆ, ਇਹਦੇ ਪੈਸੇ ਅਤੇ ਸਾਰਾ ਕੁਛ ਸਾਡੇ ਕੋਲ ਆ। ਸਿਰਫ ਇੱਕ ਰਜਿਸਟਰੀ ਦੀ ਪ੍ਰੋਬਲਮ ਤਾਂ ਆ, ਇਹ ਵੀ ਉਹਨਾਂ ਦੇ ਟੱਬਰ ਦੀ ਪ੍ਰੋਬਲਮ ਕਰਕੇ, ਅਸੀਂ ਉਹਨਾਂ ਦੇ ਟੱਬਰ 'ਚ ਪੈਣਾ ਨਹੀਂ ਚਾਹੁੰਦੇ। ਜੋ ਰੁਪਵਾਲ ਦਾ ਬਣੇ, ਵਾਹਿਗੁਰੂ ਕਰਕੇ ਸਭ ਤੋਂ ਵਧੀਆ ਬਣੇ, ਚੰਗਾ ਬਣੇ, ਸਾਰਿਆਂ ਦੇ ਨਾਲ ਪਿਆਰ ਨਾਲ ਬਣੇ, ਚਾਹੇ ਵੈਨਕੂਵਰ ਵਾਲੇ, ਚਾਹੇ ਇੰਗਲੈਂਡ ਵਾਲੇ ਸਰਪੰਚ ਸਾਹਿਬ ਅਜਮੇਰ ਸਿੰਘ ਜੀ, ਚਾਹੇ ਕਿਸੇ ਪਾਸੇ ਦੇ ਵੀ ਦੁਨੀਆਂ ਦੇ ਬੰਦੇ ਆ, ਇਸ ਪਿੰਡ ਵਿੱਚ, ਸਾਡੇ ਪਿੰਡ ਵਿੱਚ ਹਰ ਇੱਕ ਰੁਪਵਾਲ ਦੇ ਬੰਦੇ ਨੇ, ਜੋ ਸ਼ਰਧਾ ਸੀ, ਜੋ ਤਿਲ ਫਲ ਸੀ, ਆਪਣੀ ਔਕਾਤ, ਆਪਣੀ ਉਮੀਦ ਤੋਂ ਵੱਧ, ਆਪਣੀ ਹੈਸੀਅਤ ਤੋਂ ਵੱਧ ਕੇ ਦਿੱਤੇ, ਤਾਂ ਜੋ ਕਿ ਸਾਡਾ ਪਿੰਡ, ਸਾਡੇ ਪਿੰਡ ਦੀ ਸਿੰਝ ਵੱਡੀ ਹੋਣ ਦੇ ਨਾਤੇ, ਅਸੀਂ ਪਿੰਡ ਦੇ ਵਿੱਚ ਵਧੀਆ ਸਟੇਡੀਅਮ ਲੋਕਾਂ ਨੂੰ ਬੈਠਣ ਨੂੰ ਵਧੀਆ ਜਗ੍ਹਾ ਦੇ ਸਕੀਏ। ਸਾਡੇ ਪਿੰਡ ਦੇ ਉੱਤੇ ਜਿੰਨੇ ਅਸੀਂ ਪੈਸੇ ਖਰਚਦੇ ਹਾਂ, ਉਸ ਹਿਸਾਬ ਨਾਲ ਸਾਡੇ ਪਿੰਡ 'ਚੋਂ ਕੁਛ ਵੀ ਆਊਟਪੁੱਟ ਹੈ ਨਹੀਂ, ਸਾਡੇ ਪਿੰਡ ਦਾ ਇੱਕ ਵੀ ਪਲੇਅਰ ਨਹੀਂ ਆ ਸਾਡੇ ਪਿੰਡ 'ਚ, ਕਿਉਂਕਿ
ਸਾਰਾ ਕੁਝ ਹੁੰਦਿਆਂ ਹੋਇਆ ਵੀ ਕੁਛ ਨਹੀਂ ਗਿਆ, ਪਰ ਵਾਹਿਗੁਰੂ ਦੀ ਕਿਰਪਾ ਨਾਲ ਜੇ ਸਾਡਾ ਸਟੇਡੀਅਮ ਬਣ ਜਾਂਦਾ ਮੁੰਡਿਆਂ ਦੇ ਖੇਡਾਂ ਲਈ, ਕੁੜੀਆਂ ਦੇ ਖੇਡਾਂ ਲਈ ਕੋਈ ਚੰਗੀ ਚੀਜ਼ ਬਣੂਗੀ। ਵਾਹਿਗੁਰੂ ਕਰਕੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ, ਇਕੱਠੇ ਹੋ ਕੇ ਇੱਥੇ ਪ੍ਰੈਕਟਿਸ ਕਰੋ, ਖੇਡੋ ਖਿਡਾਓ ਅਤੇ ਵਾਹਿਗੁਰੂ ਦਾ ਨਾਂ ਜਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਲਓ ਜੀ, ਨਗਰ ਵਾਸੀਓ, ਜਿਵੇਂ ਅੱਜ 19 ਸਤੰਬਰ 2019 ਦਿਨ ਵੀਰਵਾਰ ਪਿੰਡ ਦਾ ਮੇਲਾ ਸ਼ੁਰੂ ਕਰਾਇਆ, ਤਕਰੀਬਨ 15 ਅਖੰਡ ਜਾਪਾਂ ਦੇ ਭੋਗ ਪਏ ਆ। ਢਾਡੀ ਸਿੰਘਾਂ ਨੇ ਬੜਾ ਰੰਗਾਰੰਗ ਪ੍ਰੋਗਰਾਮ ਦੇ ਨਾਲ ਲੋਕਾਂ ਨੂੰ ਇਤਿਹਾਸ ਬਾਰੇ, ਜੋ ਆਪਣੇ ਪੰਥ ਦਾ ਇਤਿਹਾਸ ਆ ਉਹਦੇ ਬਾਰੇ ਜਾਣਕਾਰੀ ਕਰਾਈ, ਨਾਲ ਹੀ ਰੰਗਾਰੰਗ ਪ੍ਰੋਗਰਾਮ ਸਾਡੇ ਲਾਭਹੀਰਾਂ ਨੇ ਪੇਸ਼ ਕੀਤਾ, ਬੜੀ ਸੰਗਤ ਨੇ ਆਨੰਦ ਮਾਣਿਆ। ਹੁਣ ਅਸੀਂ ਪਿੰਡ ਦਾ ਮੇਲਾ ਸ਼ੁਰੂ ਕਰਾਂਗੇ ਅਤੇ ਸਾਡੇ ਸਰਪੰਚ ਸਾਹਿਬ ਸੁਰਿੰਦਰ ਸਿੰਘ ਸਰਾਣਾ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਮੇਲਾ ਸ਼ੁਰੂ ਹੋ ਰਿਹਾ, ਔਰ ਅੱਜ ਅਸੀਂ ਉਦਘਾਟਨ ਤੋਂ ਬਾਅਦ ਇਹ ਪਿੰਡ ਮੇਲਾ ਸ਼ੁਰੂ ਕਰਾਵਾਂਗੇ ਅਤੇ ਕੱਲ੍ਹ ਦਾ ਮੇਲਾ ਸ਼ੁਰੂ ਕਰਨ ਲਈ ਤੁਹਾਡੇ ਤੋਂ ਆਸ ਮੰਗਦੇ ਹਾਂ, ਤੁਹਾਡਾ ਸਹਿਯੋਗ ਮੰਗਦੇ ਹਾਂ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਸਾਧ ਸੰਗਤ ਜੀ। ਕੱਲ੍ਹ ਦਾ ਪ੍ਰੋਗਰਾਮ ਦਿਨ ਨੂੰ 11 ਵਜੇ ਅਨਵਰ ਗਰੇਵਾਲ ਜੀ, ਪੰਜਾਬ ਦੇ ਮਸ਼ਹੂਰ ਕਲਾਕਾਰ, ਆਪਣਾ ਪ੍ਰੋਗਰਾਮ ਸ਼ੁਰੂ ਕਰਨਗੇ। ਉਸ ਤੋਂ ਬਾਅਦ 2 ਵਜੇ ਦੇ ਕਰੀਬ ਅਸੀਂ ਕੁਸ਼ਤੀਆਂ ਦਾ ਛਿੰਝ ਦਾ ਮੇਲਾ, ਜੋ ਬੜਾ ਭਾਰੀ ਆ, ਬੜਾ ਸਹਿਯੋਗ ਮੇਲਾ ਤੁਹਾਡੇ ਇਲਾਕੇ ਦਾ, ਉਹ ਅਸੀਂ ਸ਼ੁਰੂ ਕਰਾਵਾਂਗੇ। ਉਸ ਤੋਂ ਬਾਅਦ ਪੜਕੇ ਦੀ ਕੁਸ਼ਤੀ ਵਾਸਤੇ ਜੋ ਨਾਮ ਸਾਡੇ ਮਨਜੀਤ ਸਿੰਘ ਜੀ ਢੇਸੀ ਕਨੇਡੀਅਨ ਹੁਣੀ ਦੇ ਰਹੇ ਆ, ਉਹ ਪੜਕੇ ਦੇ ਕੁਸ਼ਤੀ ਆ, ਨਾਲ ਮੋਟਰਸਾਈਕਲ ਆ, ਹੋਰ ਬੜੇ ਬੇਅੰਤ ਇਨਾਮ ਆ, ਦਲਖਚਮੇ ਇਨਾਮ ਦੇਵਾਂਗੇ। ਸਾਰੇ ਪਹਿਲਵਾਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸਮਾਪਤੀ ਵੀ ਕਰਾਂਗੇ, ਔਰ ਰਾਤ ਨੂੰ ਬੜਾ ਵਧੀਆ ਰੰਗਾਰੰਗ ਪ੍ਰੋਗਰਾਮ ਪੰਮਾ ਡੁੰਮੇ ਵਾਲੀ ਆ, ਡੁੰਮੇ ਵਾਲੀ ਆ ਵੀ ਆਪਣਾ ਪ੍ਰੋਗਰਾਮ ਪੇਸ਼ ਕਰੂਗਾ। ਸਾਰਿਆਂ ਨੂੰ ਖੁੱਲ੍ਹਾ ਸੱਦਾ ਜੀ ਆਇਆਂ ਨੂੰ ਜੀ, ਬਹੁਤ ਬਹੁਤ। 21 ਸਤੰਬਰ ਨੂੰ ਵੀ ਨੌਜਵਾਨ ਟਰੈਕਟਰਾਂ ਅਤੇ ਤਵੀਆਂ ਦਾ ਮੇਲਾ ਕਰਾ ਰਹੇ ਆ, ਜੋ ਵੀ ਬੜਾ ਦੇਖਣ ਜੋ ਹੋਊਗਾ, ਬੜਾ ਵਧੀਆ ਮੇਲਾ ਹੁੰਦਾ, ਔਰ ਉਹ 'ਚ ਵੀ ਬੜਾ ਇੰਟਰਸਟਿੰਗ ਪ੍ਰੋਗਰਾਮ ਹੁੰਦਾ, ਉਹ ਅਸੀਂ 21 ਸਤੰਬਰ ਨੂੰ ਸ਼ੁਰੂ ਕਰਾਵਾਂਗੇ, ਔਰ ਤੁਹਾਡੇ ਸਹਿਯੋਗ ਨਾਲ ਉਸ ਮੇਲੇ ਨੂੰ ਵੀ ਨੇਪਰੇ ਚੜ੍ਹਨ ਦੀ ਆਸ ਰੱਖਦੇ ਹੋਏ ਅੱਜ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਬਹੁਤ ਵਧੀਆ ਜਿਹੜਾ ਖੇਡ ਮੇਲਾ ਹੋਇਆ, ਔਰ ਸਿੰਘ ਪਈ ਹੈ, ਔਰ ਮੈਂ ਸਮਝਦਾ ਕਿ ਦੁਆਬੇ ਦਾ ਸਿਰਮੌਰ ਪਿੰਡ ਰੂਪੋਬਾਦ, ਜਿੱਥੇ ਕਿ ਬਹੁਤ ਵੱਡਾ ਖੇਡ ਮੇਲਾ ਲੱਗਦਾ ਹਰ ਸਾਲ, ਔਰ ਇੱਕ ਬਹੁਤ ਵੱਡਾ ਮੈਸੇਜ ਸੁਨੇਹਾ ਜਿਹੜਾ ਯੁਵਾ ਪੀੜ੍ਹੀ ਹੈ ਉਹ ਇੱਥੋਂ ਹਾਸਲ ਕਰਦੀ ਹੈ, ਕਿਉਂਕਿ ਪੰਜਾਬ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ, ਖਾਸ ਕਰਕੇ ਪੰਜਾਬ ਦੇ ਗੱਭਰੂਆਂ ਨੂੰ ਸਾਰੀ ਦੁਨੀਆ ਵਿੱਚ ਬੜੀ ਉੱਚੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਔਰ ਇਹ ਵਜ੍ਹਾ ਕਿ ਪੰਜਾਬ ਦੇ ਵਿੱਚ ਛਿੰਝ ਮੇਲੇ ਲੱਗਦੇ ਹੈ, ਸਾਡੀ ਪੰਜਾਬ ਦੀ ਸਿਰਮੌਰ ਖੇਡ ਕਬੱਡੀ ਉਸਦੇ ਮੇਲੇ ਲੱਗਦੇ, ਔਰ ਹੁਣ ਨੈਸ਼ਨਲ ਗੇਮਸ ਜਿਹੜੀਆਂ ਉਹਨਾਂ ਦੇ ਵੀ ਮੇਲੇ ਲੱਗਣ ਲੱਗੇ, ਔਰ ਮੈਂ ਅੱਜ ਦੇ ਦਿਨ 'ਤੇ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਪੰਜਾਬ ਨੂੰ ਹਿੰਦੁਸਤਾਨ ਦਾ ਸਰਤਾਜ ਮੰਨਿਆ ਜਾਂਦਾ ਹੈ, ਉੱਥੇ ਪਿਛਲੇ 10 ਸਾਲਾਂ 'ਚ ਪੰਜਾਬ 'ਤੇ ਇੱਕ ਬਹੁਤ ਵੱਡਾ ਕਲੰਕ ਲੱਗਾ ਨਸ਼ਿਆਂ ਦਾ, ਔਰ ਅੱਜ ਦੁਨੀਆ ਦੇ ਕੋਨੇ 'ਚ ਜਦੋਂ ਵੀ ਕਿਤੇ ਅਸੀਂ ਜਾਈਦਾ ਜਾਂ ਕੋਈ ਪੰਜਾਬੀ ਜਾਂਦਾ ਤਾਂ ਪਹਿਲੀ ਗੱਲ ਇਹ ਪੁੱਛੀ ਜਾਂਦੀ ਕਿ ਪੰਜਾਬ ਬਚ ਗਿਆ, ਪੰਜਾਬ 'ਚ ਨਸ਼ਾ ਖਤਮ ਹੋ ਗਿਆ, ਸੋ ਇੱਕ ਬੜਾ ਵੱਡਾ ਕਲੰਕ ਹੈ ਸਾਡੇ 'ਤੇ, ਔਰ ਸਾਡੀ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਹੈ, ਸਾਡਾ ਇਹ ਸੰਕਲਪ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ, ਔਰ ਪੰਜਾਬ ਦੇ ਜਿਹੜੇ ਗੱਭਰੂ ਹੈ ਉਹਨਾਂ ਦਾ ਜਿਹੜਾ ਰੁਤਬਾ, ਜਿਹੜਾ ਉਹਨਾਂ ਦਾ ਨਾਂ ਹੈ, ਉਸ ਤੋਂ ਮੁੜ ਕੇ ਬਾਹਰ ਕਰਨਾ। ਅਸੀਂ ਬਹੁਤ ਵੱਡੇ ਵੱਡੇ ਪ੍ਰੋਗਰਾਮ ਲੀਤੇ ਹੈ ਨਸ਼ਿਆਂ ਦੇ ਵਿੱਚ, ਜਿਹੜੇ ਨਸ਼ਿਆਂ ਦੇ
ਵੱਡੇ ਤਸਕਰ ਸੀ ਉਹਨਾਂ ਦੇ ਕਾਬੂ ਪਾਇਆ, ਇਰੀਗੇਸ਼ਨ ਸੈਕਟਰ ਬਣਾਏ ਆ, ਜਿਹੜੇ ਬੱਚੇ ਸਾਡੇ ਨਸ਼ਿਆਂ 'ਤੇ ਲੱਗ ਗਏ ਉਹਨਾਂ ਨੂੰ ਇਸ ਜਾਦਾ 'ਚੋਂ ਕੱਢਣ ਦੇ ਬਹੁਤ ਵੱਡੇ ਅਸੀਂ ਸੈਂਟਰ ਬਣਾਏ। ਪਰ ਮੈਂ ਅੱਜ ਦੇ ਇਸ ਮੇਲੇ 'ਚ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਥਾਂ ਥਾਂ ਮੇਲੇ ਨਸ਼ਿਆਂ ਨੂੰ ਰੋਕਣ ਵਾਸਤੇ ਵੀ ਲੱਗਦੇ ਆ। ਇਸ ਦੇ ਵਿੱਚ ਜਿਹੜਾ ਸਾਡਾ ਸਮਾਜ ਹੈ, ਸਾਡੇ ਜਿਹੜੇ ਲੋਕ ਉਹ ਸਰਕਾਰ ਦਾ ਸਾਥ ਦੇਣ ਤਾਂ ਕਿ ਅਸੀਂ ਜਿਹੜੇ ਪੰਜਾਬ ਦੇ ਗੱਭਰੂ ਆ ਉਹਨਾਂ ਨੂੰ ਸਹੀ ਮਹੀਨੇ 'ਚ ਮੁੱਖ ਧਾਰਾ ਵਿੱਚ ਅਸੀਂ ਮੁੜ ਕੇ ਲਿਆ ਸਕੀਏ। ਪੰਜਾਬ ਵਿੱਚ ਪੰਜਾਬ ਦੀ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਨ ਵਿੱਚ ਬਹੁਤ ਵੱਡੇ ਯਤਨ ਕਰ ਰਹੀ ਹੈ। ਪੰਜਾਬ ਦੇ ਜਿਹੜੇ ਓਲੰਪਿਕ ਜਾਂਦੇ ਆ ਜਾਂ ਦੂਸਰੀਆਂ ਮੈਡਲਸ ਲਿਆਉਂਦੇ ਆ ਉਹਨਾਂ ਨੂੰ ਪੰਜਾਬ ਸਰਕਾਰ ਵੱਡੀ ਵੱਡੀ ਰਕਮ ਦਿੰਦੀ ਹੈ ਕਰੋੜਾਂ 'ਚ। ਔਰ ਅਸੀਂ ਪਿੰਡਾਂ ਵਿੱਚ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਵੱਖ ਵੱਖ ਸਟੇਡੀਅਮਸ ਜਾਂ ਹੋਰ ਇਸ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰ ਰਹੇ ਹਾਂ। ਔਰ ਮੈਂ ਖੁਦ ਆਪਣੇ MP ਲੈਡ ਫੰਡ ਵਿੱਚੋਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਿੰਡ ਵਿੱਚ ਮੈਂ ਖਾਸ ਕਰਕੇ ਜਿਹੜਾ ਜਿੰਮ ਆ ਉਹ ਬੱਚਿਆਂ ਨੂੰ ਦੇਵਾਂ ਤਾਂ ਕਿ ਉਹ ਆਪਣੀ ਸਿਹਤ ਪ੍ਰਤੀ ਜਿਹੜੇ ਕੌਸ਼ਿਸ਼ ਹੋਣ। ਸੋ ਮੈਂ ਅੱਜ ਦੇ ਦਿਨ 'ਤੇ ਤੁਹਾਨੂੰ ਸਰਕਾਰ ਦਾ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਸਰਕਾਰ ਪੰਜਾਬ ਦੇ ਗੱਭਰੂਆਂ ਦੀ ਜਿਹੜੀ ਸਿਹਤ ਹੈ ਉਸ ਨੂੰ ਤੰਦਰੁਸਤ ਰੱਖਣ ਵਾਸਤੇ ਅਸੀਂ ਇੱਕ ਨਵਾਂ ਤੰਦਰੁਸਤ ਪੰਜਾਬ ਉਸ ਦੀ ਰਚਨਾ ਕਰ ਰਹੇ ਹਾਂ, ਜਿਸ ਦੇ ਵਿੱਚ ਜਿੱਥੇ ਇਨਵਾਇਰਮੈਂਟ, ਵਾਤਾਵਰਣ, ਸਪੋਰਟਸ, ਨਸ਼ਿਆਂ ਨੂੰ ਖਤਮ ਕਰਨਾ, ਉੱਥੇ ਨਾਲ ਨਾਲ ਅਸੀਂ ਥਾਂ ਥਾਂ 'ਤੇ ਰੋਜ਼ਗਾਰ ਮੇਲੇ ਵੀ ਲਗਾ ਰਹੇ ਹਾਂ। ਆ ਦੋ ਦਿਨ ਪਹਿਲਾਂ ਅਸੀਂ ਫਲੋਰ ਰੋਜ਼ਗਾਰ ਮੇਲਾ ਲਗਾਇਆ ਸੀ ਜਿੱਥੇ ਕੋਈ 750 ਬੱਚਿਆਂ ਨੂੰ ਨੌਕਰੀਆਂ ਦਿੱਤੀਆਂ। ਅੱਜ ਨਗੋਦਰ ਵਿਖੇ ਸੀ, ਲਗਾਤਾਰ 5 ਦਿਨ ਜਲੰਧਰ ਜ਼ਿਲ੍ਹੇ ਦੇ ਵੱਖ ਵੱਖ ਸਥਾਨਾਂ ਵਿੱਚ ਰੋਜ਼ਗਾਰ ਮੇਲੇ ਸਰਕਾਰ ਨੇ ਲਾਏ ਆ, ਜਿੱਥੋਂ ਬਹੁਤ ਵੱਡੇ ਵੱਡੇ ਜਿਹੜੇ ਅਸੀਂ ਬਿਜ਼ਨਸ ਹਾਊਸ ਹੈ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਔਰ ਉਹ ਜਿਹੜੀਆਂ ਨੌਕਰੀਆਂ ਬੱਚਿਆਂ ਨੂੰ ਉਹ ਦਿੰਦੇ ਆ। ਔਰ ਕੱਲ੍ਹ ਹੀ ਕੈਬਨਿਟ ਮੀਟਿੰਗ ਦੇ ਵਿੱਚ ਜਿੰਨੀਆਂ ਵੀ ਖਾਲੀ ਸਾਮੀਆਂ ਪੰਜਾਬ ਦੀ ਕੈਬਨਿਟ ਦੇ ਉਹ ਵੀ ਫੈਸਲਾ ਕੀਤਾ ਕਿ ਉਹ ਸਾਰੀਆਂ ਸਾਮੀਆਂ ਅਸੀਂ ਭਰਨ ਜਾ ਰਹੇ ਹਾਂ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਸਾਡੀ ਮੁੱਖ ਪ੍ਰਾਇਓਰਟੀ ਜਿਹੜੀ ਹੈ ਉਹ ਸਾਡੀ ਪੰਜਾਬ ਦੇ ਨੌਜਵਾਨ ਹੈ, ਯੁਵਾ ਪੀੜ੍ਹੀ ਹੈ, ਉਹਨਾਂ ਨੂੰ ਪ੍ਰਮੋਟ ਕਰਨਾ। ਦਸੰਬਰ ਦੇ ਮਹੀਨੇ ਵਿੱਚ ਅਸੀਂ ਜਿਹੜਾ ਵਾਅਦਾ ਕੀਤਾ ਸੀ ਸਮਾਰਟਫੋਨ ਅਸੀਂ ਜਿਹਨਾਂ ਦੇ ਵੀ ਭਰੇ ਸੀਗੇ ਫਾਰਮ ਉਹਨਾਂ ਨੂੰ ਦੇਣ ਜਾ ਰਹੇ ਨਵੰਬਰ ਦਸੰਬਰ ਵਿੱਚ। ਸਕੂਲਾਂ ਦੇ ਜਿਹੜੇ ਹਾਈ ਸਕੂਲ ਦੇ ਬੱਚੇ ਉਹਨਾਂ ਵਿੱਚ ਅਸੀਂ ਲੜਕੀਆਂ ਵੀ ਸ਼ਾਮਿਲ ਕੀਤੀਆਂ ਤਾਂ ਕਿ ਉਹਨਾਂ ਸਮਾਰਟਫੋਨਸ ਦੇ ਰਾਹੀਂ ਅਸੀਂ ਬੱਚਿਆਂ ਦਾ ਜਿਹੜਾ ਕਰੈਕਟਰ ਹੈ ਉਹਨੂੰ ਸੁਬਿਲਡ ਕਰ ਸਕੀਏ, ਉਹਨਾਂ ਨੂੰ ਨੌਲੇਜ ਦੇ ਸਕੀਏ, ਗਿਆਨ ਉਹਨਾਂ ਨੂੰ ਪ੍ਰਦਾਨ ਕਰ ਸਕੀਏ। ਸੋ ਆਓ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਰਕਾਰ ਦੀਆਂ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦੀਆਂ ਸਕੀਮਾਂ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਓ, ਹਾਸਲ ਕਰੋ ਔਰ ਖਾਸ ਕਰਕੇ ਪੰਜਾਬ ਦੀ ਯੁਵਾ ਪੀੜ੍ਹੀ ਹੈ ਉਸ ਨੂੰ ਅੱਗੇ ਲਿਜਾਓ। ਇਹ ਮੇਰੀ ਤੁਹਾਨੂੰ ਬੇਨਤੀ ਹੈ। ਮੈਨੂੰ ਕਿਹਾ ਗਿਆ ਕਿ ਆਹ ਜਿਹੜੀ ਸੜਕ ਹੈ ਕੋਈ ਇੱਥੇ ਜਿਹੜੀ ਉਹ ਨਵੀਆਂ ਸੜਕਾਂ ਦਾ ਨਿਰਮਾਣ ਹੁਣ ਅਸੀਂ ਨਵੀਆਂ 'ਚ ਪਾ ਰਹੇ, ਉਸ ਦੇ ਵਿੱਚ 2 ਕਿਲੋਮੀਟਰ ਦੀ ਜਿਹੜੀ ਸੜਕ ਹੈ ਬਾਬਾ ਸਾਹੂ ਜੀ ਦੇ ਡੇਰੇ ਤੋਂ ਤਾਰਾਪੁਰ ਤੱਕ ਉਹ ਅਸੀਂ ਉਸ ਸਕੀਮ ਦੇ ਵਿੱਚ ਅਸੀਂ ਲਿਆ ਮੰਗਦੇ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ।
ਜੈ ਹਿੰਦ।